ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ। ਕਰਫਿਊ ਦੇ ਚਲਦੇ ਸ਼ਹਿਰ ਵਿੱਚ ਥਾਂ ਥਾਂ ਪੁਲਿਸ ਦੇ ਨਾਕੇ ਲੱਗੇ ਹੋਏ ਹਨ, ਪਰ ਨਾਕੇ ਹੋਣ ਦੇ ਬਾਵਜੂਦ ਚੋਰ ਕਿਤੇ ਨਾ ਕਿਤੇ ਸਫਲ ਦਿਖਾਈ ਦੇ ਰਹੇ ਨੇ। ਅਜਿਹਾ ਇੱਕ ਮਾਮਲਾ ਫਗਵਾੜਾ ਦੇ ਖੇੜਾ ਰੋਡ ਤੇ ਸਾਹਮਣੇ ਆਇਆ ਹੈ, ਜਿੱਥੇ ਇੱਕ ਕਰਿਆਨੇ ਦੀ ਦੁਕਾਨ ਨੂੰ ਚੋਰਾਂ ਨੇ ਨਿਸ਼ਾਨਾ ਬਣਾਉਂਦਿਆਂ ਦੁਕਾਨ ਵਿੱਚ ਲੱਗੀ ਇੱਕ LCD, ਗੱਲੇ ਵਿੱਚ ਪਈ ਨਕਦੀ, ਜ਼ਰੂਰੀ ਕਾਗਜ਼ਾਤ ਅਤੇ ਹੋਰ ਕਈ ਕਰਿਆਨੇ ਦਾ ਸਮਾਨ ਲੈ ਕੇ ਚੋਰ ਰਫੂ ਚੱਕਰ ਹੋ ਗਏ। ਕਰਿਆਨਾ ਦੁਕਾਨ ਮਾਲਕ ਦਾ ਕਹਿਣਾ ਹੈ ਕਿ 20 ਤੋਂ 25 ਹਜ਼ਾਰ ਦਾ ਨੁਕਸਾਨ ਹੋਇਆ ਹੈ। ਕਰਿਆਨੇ ਦੀ ਦੁਕਾਨ ਸਾਹਮਣੇ ਸਰਕਾਰੀ ਕੈਮਰੇ ਵੀ ਲੱਗੇ ਹੋਏ ਹਨ। ਹੁਣ ਵੇਖਣਾ ਹੋਵੇਗਾ ਕਿ ਪੁਲਿਸ ਚੋਰਾਂ ਨੂੰ ਕਦੋਂ ਤੱਕ ਕਾਬੂ ਕਰ ਸਕੇਗੀ। ਕਰਿਆਨਾ ਦੁਕਾਨ ਮਾਲਕ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਜਲਦ ਤੋਂ ਜਲਦ ਇਸ ਚੋਰ ਨੂੰ ਕਾਬੂ ਕੀਤਾ ਜਾਵੇ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ। ਅੱਜ ਸਵੇਰ ਨੂੰ ਆ ਕੇ 7 ਵਜੇ ਸਾਨੂੰ ਆ ਕੇ ਪਤਾ ਲੱਗਾ ਵੀ ਚੋਰ ਆਏ ਆ ਉੱਪਰੋਂ ਆਪਣੇ ਜੰਗਲਾਂ ਤੋੜ ਕੇ ਥੱਲੇ ਆ ਕੇ ਸਾਡਾ ਘੱਟੋ ਘੱਟ ਨਹੀਂ 25-30 ਹਜ਼ਾਰ ਦਾ ਨੁਕਸਾਨ ਕਰ ਗਏ ਆ। ਦੇ ਵਿੱਚ ਫਿਰ ਅਸੀਂ ਸਵੇਰ ਨੂੰ ਆ ਕੇ ਦੇਖਿਆ ਸਾਡਾ ਉੱਤੋਂ ਜੰਗਲਾ ਟੁੱਟਾ, ਵਿੱਚੋਂ ਸਮਾਨ ਨਿਕਲਿਆ, ਖਾਨੇ ਖੂਨੇ ਸਾਰੇ ਵਿੱਚੋਂ ਸਾਫ਼ ਹੋਏ ਸੀਗੇ। ਸਾਡੇ ਵਿੱਚ ਹੋਰ ਜ਼ਰੂਰੀ ਸਮਾਨ ਸੀਗੇ, ਜਿਹੜੇ ਬਿੱਲ ਬੁੱਲ ਸੀਗੇ ਸਾਰੇ ਕੱਢ ਕੇ ਲੈ ਗਏ ਆ। ਅਤੇ ਕੋਈ ਕੈਸ਼ ਨਹੀਂ ਸੀਗੀ, ਸਰ ਵਿੱਚ ਭਾਣ ਬਹੁਤ ਸੀਗੀ ਬਈ, ਅਤੇ ਹੋਰ ਕੀ ਭਾਣ ਘੱਟੋ ਘੱਟ ਨਹੀਂ 3-4 ਹਜ਼ਾਰ ਦੀ ਭਾਣ ਪਈ ਉਹਨੇ, ਉਹ ਸਣੇ ਗੱਲਾਂ ਹੀ ਚੱਕ ਕੇ ਲੈ ਗਏ ਆ। ਹੋਰ ਘੇ ਲੈ ਗਏ ਆ, ਦੇਸੀ ਘੇ ਦੇ ਡੱਬੇ ਲੈ ਗਏ ਆ, ਸੁੱਕੇ ਦੁੱਧ ਲੈ ਗਏ, LCD ਲੈ ਗਏ ਆ, ਅਤੇ ਅਦਰ ਤੇਲ ਤੂਲ ਲੈ ਗਏ ਆ। ਸਾਨੂੰ 7 ਵਜੇ ਪਤਾ ਲੱਗਾ ਸਵੇਰੇ ਕਿ ਉਹ ਨਾਲ ਗੁਆਂਢੀ ਸਾਡੇ ਆਏ ਆ, ਉਹਨਾਂ ਨੇ ਘਰੇ ਆ ਕੇ ਦੱਸਿਆ ਵੀ ਨਾਲ ਸਾਡੇ ਪਾਈਪ ਲੱਗਾ ਹੋਇਆ ਵੀ ਤੁਸੀਂ ਆਪਣੀ ਦੁਕਾਨ ਦੇਖੋ। ਉਹ ਜਦੋਂ ਅਸੀਂ ਆਏ ਹਾਂ ਅਤੇ ਆ ਕੇ ਅਸੀਂ ਇਨਫੋਰਮ ਕੀਤਾ, ਪੁਲਿਸ ਵਾਲੇ ਆਏ ਆ, ਉਹਨਾਂ ਨੇ ਫਿਰ ਵੀਡੀਓ ਬਣਾ ਕੇ ਚੈੱਕ ਕਰ ਲਿਆ, ਦੇਖ ਲਿਆ, ਉਹ ਮੁੜ ਕੇ ਆਇਆ ਨਹੀਂ ਹਜੇ ਤੱਕ। ਬਾਕੀ ਕੈਮਰਿਆਂ ਦੇ ਵਿੱਚ ਦੇਖੋ ਹੁਣ ਸੁਣਵਾਈ ਕੀ ਹੁੰਦੀ ਹੈ। ਦੁਕਾਨ ਤਾਂ ਨਹੀਂ ਲੱਗੇ, ਬਾਹਰ ਸਰਕਾਰੀ ਲੱਗੇ ਆ CCTV ਕੈਮਰੇ, ਇਹ ਪਤਾ ਨਹੀਂ ਜੀ, ਹੁਣ ਜਾ ਕੇ ਪਤਾ ਕਰਾਂਗੇ SP ਦਫ਼ਤਰ। ਤੁਹਾਨੂੰ ਕੀ ਲੱਗ ਰਿਹਾ ਕਿੰਨੇ ਕੁ ਤੱਕ ਨੁਕਸਾਨ ਹੋ ਗਿਆ? ਘੱਟੋ ਘੱਟ ਨਹੀਂ ਭਾਅ ਜੀ 25-30 ਹਜ਼ਾਰ ਦਾ ਨੁਕਸਾਨ ਹੋ ਗਿਆ। ਹੁਣ ਕਿਵੇਂ ਤੁਸੀਂ ਅਸੀਂ ਮੰਗ ਇਹੀ ਕਰਦੇ ਵੀ ਚੋਰ ਜਲਦੀ ਤੋਂ ਜਲਦੀ ਫੜੇ ਜਾਣ। ਪੁੱਛਦੇ ਸਾਨੂੰ ਅਜੇ ਤੱਕ ਤਾਂ ਕਿਸੇ 'ਤੇ ਸ਼ੱਕ ਨਹੀਂ ਹੈਗਾ, ਬਾਕੀ ਦੇਖਦੇ ਹਾਂ ਮੌਕੇ 'ਤੇ ਜੇ ਕੋਈ ਨਿਕਲਦਾ। ਅਜੇ ਅਜੇ ਆਪਣੇ ਦੇਖ ਰਹੇ ਹਾਂ ਦਿਮਾਗ ਦੇ ਵਿੱਚ ਕੋਈ ਕੋਈ ਬੰਦਾ ਕਿਹੜਾ ਸ਼ੱਕੀ ਬੰਦਾ, ਉਹਦੇ ਹੌਲੀ ਹੌਲੀ ਕਾਰਵਾਈ ਦੇਖਦੇ ਹਾਂ ਕਰਦੇ ਹਾਂ। ਬਿਊਰੋ ਰਿਪੋਰਟ, ਸਾਂਝ ਟੀਵੀ। ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ।